ਢਾਲੀਵਾਲ ਸਾਹਿਬ ਹੈ, ਤੁਹਾਨੂੰ ਯਾਦ ਹੋਣਾ, ਕਹਿੰਦਾ ਮੈਂ 10,000 ਏਕੜ ਛਡਾਤੀ, 20,000 ਏਕੜ ਛਡਾਤੀ, ਔਰ ਰੋਜ਼ ਪ੍ਰੈਸ ਕਾਨਫਰੰਸ ਕਰਦਾ ਸੀ। ਸੁਭਾਵਿਕ ਆ ਉਹਦੀ ਕਾਰਵਾਈ 'ਚ ਕਿਤੋਂ ਛਡਾਉਂਦੇ ਸੀ, ਗਰੀਬ ਬੰਦਿਆਂ ਕੋਲੋਂ, ਜਿਨ੍ਹਾਂ ਦੇ ਕੋਲ ਕਿੱਲਾ ਕਿੱਲਾ, ਦੋ ਦੋ ਕਿੱਲੇ, ਮਰਲਾ ਮਰਲਾ ਥਾਂ, 10-10 ਮਰਲੇ ਥਾਂ, 50-50 ਸਾਲ ਕਬਜ਼ੇ ਹੇਠ ਸੀ। ਹਾਈਕੋਰਟ ਨੇ ਸਾਰੇ ਮਾਮਲੇ ਸਟੇ ਕਰਤੇ, ਔਰ ਆਪ ਜਿਹੜਾ ਜ਼ਮੀਨਾਂ ਦੇ ਕਬਜ਼ੇ ਸਰਕਾਰੀ ਥਾਵਾਂ ਦੇ ਕਹਿੰਦਾ ਮੈਂ ਛਡਾਉਣ ਡਿਆ, ਆਪ ਜਾ ਕੇ ਕਟਾਰੂ ਚੱਕਣਾ ਰਲ ਕੇ ਉਸ 'ਤੇ ਕਬਜ਼ਾ ਕਰ ਰਿਹਾ ਅਤੇ ਮਾਈਨਿੰਗ ਲਈ ਵਰਤ ਰਿਹਾ। ਜਿਹੜਾ DDPO ਨਹੀਂ ਸੀ ਜੀ, 20 ਤਰੀਕ ਨੂੰ ਕਰਪਟ ਬੰਦਾ BDO ਸੀ, ਜਿਹਦੇ 'ਤੇ ਕਰਪਸ਼ਨ ਦੀ ਐਲੀਗੇਸ਼ਨ ਸੀ, ਉਹਨੂੰ 2 ਦਿਨਾਂ 'ਚ DDPO ਬਣਾਇਆ, 4th day ਉਹਨੂੰ ADC ਲਾਇਆ, 5th-6th day ਕਰਪਸ਼ਨ ਕੀਤੀ, 7th day ਉਹ ਜੋਬ ਤੋਂ ਰਿਟਾਇਰ ਹੋ ਗਿਆ। ਮਗਰ ਭਾਈ ਜਦ ਤੂੰ ਕਬਜ਼ਾ ਕਰ ਰਿਹਾ ਪੰਚਾਇਤੀ ਥਾਵਾਂ 'ਤੇ, ਫਿਰ ਮਾਈਨਿੰਗ ਕਰ ਰਿਹਾ ਕਟਾਰੂ ਚੱਕ ਨਾਲ ਰਲ ਕੇ, ਇਹ ਕਟਾਰੂ ਚੱਕ ਨਾਲ ਪਿਆਰ ਕਿੰਨਾ ਕਰਦੇ ਆ ਭਗਵੰਤ ਉਰੀ ਜਾਂ ਢਾਲੀਵਾਲ ਉਰੀ, ਇਹ ਤਾਂ ਦੇਖੋ ਇਹ ਠੋਕ ਕੇ ਪਹਿਰਾ ਦੇਣ ਕਟਾਰੂ ਚੱਕ ਦੀ ਸੋਚ 'ਤੇ, ਭਾਵੇਂ ਲੋਕ ਸਵਾਲ ਪੁੱਛਦੇ ਆ, ਮਗਰ ਇਹਨਾਂ ਦੀ ਅਸਲੀਅਤ ਕੀ ਹੈ ਤੁਹਾਡੇ ਸਾਹਮਣੇ ਆ ਗਈ। ਜੇ ਇੱਕ ਪਾਸੇ ਪੰਚਾਇਤੀ ਥਾਂ 'ਤੇ ਕਿਸੇ ਗਰੀਬ ਬੰਦੇ ਦਾ ਕਬਜ਼ਾ ਹੋਵੇ, ਉੱਤੇ ਪਰਚਾ ਕਾਰਵਾਈ ਹੈ, ਅਤੇ ਇਹ ਡਿਫਰੈਂਟ ਸੈਟ ਆਫ ਰੂਲ ਫੋਰ ਦੈਮ। ਮਗਰ ਸਪਸ਼ਟ ਹੈ ਕਿ ਬਦਲਾਵ ਵਾਲੀ ਸਰਕਾਰ 'ਚ MLA ਮਿਨਿਸਟਰਸ ਵਾਸਤੇ ਰੂਲ ਵੱਖਰੇ ਹੈ। ਇੱਕ ਮਿੰਟ ਜੀ, ਲਾਸਟ ਥਿੰਗ, ਆ ਵਿਜੇ ਸਿੰਗਲੇ ਦਾ ਪਰਚਾ ਕਿਹਨੇ ਦਰਜ ਕਰਾਇਆ? ਨੋਬਡੀ ਐਲਸ ਬਟ ਭਗਵੰਤ ਮਾਨ। ਕਹਿੰਦਾ ਮੈਂ ਵੀਡੀਓ ਆਪ ਸੁਣੀ ਹੈ। ਅੱਜ ਤੱਕ ਵਿਜੇ ਸਿੰਗਲਾ ਦੀ ਚਾਰਜਸ਼ੀਟ ਪੇਸ਼ ਕਿਉਂ ਨਹੀਂ ਹੋਈ ਹੈ? ਸਭ ਤੋਂ ਵੱਡਾ ਕਰਪਸ਼ਨ ਕੇਸ ਸੀ, ਪਹਿਲਾ ਕਰਪਸ਼ਨ ਕੇਸ ਸੀ। ਮੁੱਖ ਗਵਾਹ ਉਹਦੇ 'ਚ ਕੌਣ ਹੈ? ਭਗਵੰਤ ਮਾਨ। ਭਗਵੰਤ ਮਾਨ ਦੀ ਸਟੇਟਮੈਂਟ ਕਿੱਥੇ ਰਿਕਾਰਡ ਹੋਈ ਹੈ? ਕਿਹੜੀ ਕੋਰਟ 'ਚ ਹੋਈ ਹੈ? ਕਿਹੜੇ ਥਾਣੇ 'ਚ ਹੋਈ ਹੈ? ਕਿਹੜੀ SIT ਨੇ ਉਹਨੂੰ ਅੱਜ ਤੱਕ ਸੱਦਿਆ? ਸਵਾ ਸਾਲ ਹੋ ਗਿਆ, ਕਿਸੇ ਥਾਣੇ 'ਚ ਨਹੀਂ ਉਹਨੂੰ ਸੱਦਿਆ, ਕਿਸੇ ਕੋਰਟ 'ਚ ਉਹਦੇ ਬਿਆਨ ਨਹੀਂ। ਉਹ ਤੁਸੀਂ ਤਾਂ ਆਡੀਓ ਸੁਣੀ ਨਹੀਂ, ਔਰ ਉਸ ਬੰਦੇ ਦੇ ਨਾਲ ਹੁਣ ਉਹ ਕਦੇ ਫੋਟੋ ਲਵਾਉਂਦਾ ਕੇਜਰੀਵਾਲ ਨਾਲ? ਮਾਨਸੇ ਸੰਗਤ ਦਰਸ਼ਨ ਹੁੰਦਾ ਜਾਂ ਕੋਈ ਸਰਕਾਰੀ ਪ੍ਰੋਗਰਾਮ ਹੁੰਦਾ, ਸਭ ਦੇ ਤਾਂ ਵਿਜੇ ਸਿੰਗਲਾ ਬੈਠਿਆ ਨਾ। ਕਾਹਦੀ ਕਰਪਸ਼ਨ ਦੇ ਖਿਲਾਫ ਇਹਨਾਂ ਦੀ ਲੜਾਈ ਹੈ? ਕੱਲ੍ਹ ਆਜ਼ਾਦੀ ਦਿਵਸ ਦੇ ਸਾਹਮਣੇ ਮੁੱਖ ਮਹਿਮਾਨ ਬਣ ਕੇ ਬੈਠਿਆ, ਝੂਠ ਮਾਰਦੇ ਆ ਕੱਟਰ ਬੇਈਮਾਨ ਲੋਕ, ਤੁਹਾਡਾ ਕੱਟਰ ਤਰੀਕੇ ਨਾਲ ਬੇਵਕੂਫ ਬਣਾਉਂਦੇ ਆਪਾਂ ਬਣਾ ਰਹੇ।